ਫਾਇਦਾ ਜਿਹੜਾ ਮੇਰੇ ਵੀਰੋ ਪਿੰਡ ਹੈ ਗੁਰਦੀਪ ਵੀ ਆਇਆ ਹੋਇਆ ਮੇਰੇ ਵੀਰੋ ਐਕਸਪੋਰਟ ਖੇਡ ਕਬੱਡੀ ਕਲੱਬ ਮੇਰੇ ਵੀਰੋ ਜਗਦੀਪ ਲੱਭੀ ਹੋਣੀ ਜੋ ਕੈਨੇਡਾ ਦੇ ਵਿੱਚ ਬੱਬਲ ਵਰਗੇ ਵੀਰ ਇਹ ਸਾਰੇ ਵੀਰ ਜਿਹੜੇ ਵੱਡੀ ਦੇਣ ਹੈ ਖੇਡ ਕਬੱਡੀ ਨੂੰ ਤਾਂ ਉਹ ਇਸ ਵੇਲੇ ਚਿੜਕ ਪਿੰਡ ਹੈ ਮੇਰੇ ਵੀਰੋ ਮੱਖਣ ਵਰਗੇ ਮੇਜਰ ਵਰਗੇ ਇਹ ਚਿੜਕ ਦੀ ਧਰਤੀ ਦੇ ਮਸ਼ਹੂਰ ਆਪਣੇ ਸਮੇਂ ਦੇ ਖਿਡਾਰੀ ਇਹ ਕਹਿਲਾ ਚਿੜਕ ਵਾਲਾ ਜਿਹੜਾ ਨੰਗਲ ਦੀ ਟੀਮ ਦੇ ਲਈ ਖੇਡ ਰਿਹਾ ਇਹਦਾ ਇਹ ਬੁਲਟ ਮੋਟਰਸਾਈਕਲ ਖਿੱਚ ਕੇ ਦਿਖਾਵੇਗਾ ਪਕਾਰੇਗਾ ਆਤਮਾ ਪੋਰੀ ਉਹਦਾ ਕਰੇ ਖਤਮਾ ਲਓ ਦੰਦਾਂ ਦੇ ਨਾਲ ਮੋਟਰਸਾਈਕਲ ਖਿੱਚਣਾ ਮੇਰੇ ਵੀਰੋ ਕੋਈ ਸੌਖੀ ਗੱਲ ਨਹੀਂ ਹੈ ਵੇਖੋ ਨਵਜੋਤ ਕਿਵੇਂ ਖੁਸ਼ੀ ਕਰ ਰਿਹਾ ਹੈ ਗੁਰਮੇਲ ਦੇ ਵੀ ਕਰਤੱਬ ਦਿਖਾਉਣੇ ਹੈ ਕਿਉਂਕਿ ਦਰਸ਼ਕ ਵੀਰ ਮੈਨੂੰ ਗਾਲਾਂ ਕੱਢਦੇ ਹੈ ਵੀ ਇਹ ਬੋਲੀ ਜਾਂਦਾ ਇਹਨਾਂ ਨੂੰ ਕਹਿੰਦਾ ਨੀ ਗਰਾਊਂਡ ਦੇ ਵਿੱਚ ਖੜੇ ਰਹਿੰਦੇ ਹੈ ਇਹ ਕਬੱਡੀ ਵਾਲੇ ਕਿਸੇ ਦੀ ਗੱਲ ਨਹੀਂ ਮੰਨਦੇ ਜੀ ਮੈਂ ਦਿੱਤੇ ਇਹਨਾਂ ਨੂੰ ਇਹੀ ਟੂਰਨਾਮੈਂਟ ਦੇ ਬਾਹਰ ਰਹਿੰਦਾ ਇਹ ਕਿਸੇ ਦੀ ਗੱਲ ਨਹੀਂ ਮੰਨਦੇ ਸਾਈਡ ਤੇ ਰਹੋ ਜੀ ਚੜਿਕ ਦੀ ਧਰਤੀ ਦਾ ਕਹਿਲਾ ਕਬੱਡੀ ਕਬੱਡੀ ਕਰਦਾ ਹੋਇਆ ਜੱਜ ਚੌੜੀ ਛਾਤੀ ਨਾਲ ਦੀ ਖੈਰ ਇਹਦੇ ਨਾਲ ਹੋ ਗਿਆ ਕਾਲਾ ਰੱਖਿਆ ਧੌਣ ਤੇ ਹੱਥ ਇੱਕ ਪਾਸੇ 60-62 ਕਿਲੋ ਵਜ਼ਨ ਦੂਜੇ ਪਾਸੇ ਇੱਕ ਬਰਤਨ ਦੇ ਕਿਦਾਰ ਦਾਰੀ ਵੀਰ ਵਧੀਆ ਖੇਡ ਰਿਹਾ ਹੋਵੇ ਕਹਿੰਦੇ ਰਲ ਕੇ ਨਹੀਂ ਖੇਡਣਾ ਬੈਸਟ ਰੇਡਰ ਦੇ ਬੈਸਟ ਜਾਫੇ ਨੂੰ ਅਸੀਂ ਸਨਮਾਨਿਤ ਕਰਨਾ ਨਾਲ ਸਾਹਮਣੇ ਨਵਜੋਤ ਕਹਿਲੇ ਨੇ ਕਬੱਡੀ ਪਾ ਦਿੱਤੀ ਹੈ ਨਾਲ ਹੀ ਗੁਰਮੇਲ ਜਿਹੜਾ ਬਦਰੀ ਵਾਲਾ ਉਹ ਮਿੰਟੀ ਤੋਂ ਕੁਛ ਹੋ ਕੇ ਬਹੁਤ ਸਾਰਾ ਮਾਨ ਸਨਮਾਨ ਕਰਦਾ ਹੈ ਗੱਲ ਪਿਆਰ ਦੀ ਹੈ ਜਿਹਦੇ 6 ਪੁਆਇੰਟ ਜਾਂ 6.5 ਪੁਆਇੰਟ ਪਹਿਲਾਂ ਹੋ ਗਏ ਉਹ ਟੀਮ ਜਿਹੜੀ ਜੇਤੂ ਹੋਵੇਗੀ ਇਹ ਟੀਮਾਂ ਵਾਲੇ ਪਲੇਅਰ ਜ਼ਰੂਰ ਕਰ ਲੈਣ